ਲੋਕਾਂ ਦਾ ਭਲਾ ਕਰਨ ਵਾਸਤੇ ਆਉਂਦੇ ਆ, ਜਾੜਨ ਨਹੀਂ ਆਉਂਦੇ ਲੋਕਾਂ ਨੂੰ, ਲੋਕਾਂ ਦੇ ਉੱਗਣ ਨਹੀਂ ਵੇਦੇ, ਲੋਕਾਂ 'ਚ ਉੱਗਣ ਵੜੇ ਆ, ਅਣਹੋਈਆਂ ਗੱਲਾਂ ਬਣਾਉਂਦੇ ਲੋਕ, ਜਿਨ੍ਹਾਂ ਦਾ ਕੰਨਾਂ ਨੂੰ ਵੇਖਿਆ ਨਹੀਂ, ਅੱਖਾਂ ਨਾਲ ਵੇਖਿਆ ਨਹੀਂ ਅਤੇ ਕੰਨਾਂ ਨਾਲ ਸੁਣਿਆ ਨਹੀਂ। ਪਰ ਉਹ ਜਿਹੜੇ ਮਹਾਤਮਾ ਰੱਬ ਦੇ ਪਿਆਰੇ, ਉਹ ਗੱਲਾਂ ਲਵੇਂਦੇ ਹੀ ਨਹੀਂ, ਉਹ ਲੋਕਾਂ ਦਾ ਕਿਸੇ ਨਾਲ ਰਾਮ ਬੇੜੀ ਸੰਤ ਮਲਾ ਪਾਰ ਨੰਘਾਉਂਦੇ ਖਾ ਮਖਾ। ਰੱਬ ਦੇ ਪਿਆਰੇ ਜਿਹੜੇ ਆ, ਉਹ ਗੁਰੂ ਦੀ ਕਿਰਪਾ ਦਾ ਸਦਕਾ, ਆ ਜਿਹੜਾ ਤੁਸੀਂ ਨਾਮ ਦਾ ਜਹਾਜ਼ ਪਰ ਬੈਠੇ ਸੀ ਨਾ, ਇਹਦੇ ਵਿੱਚ ਸਿੱਟ ਦਿੰਦੇ ਆ, ਫੜ ਕੇ ਬਾਹ ਲਓ, ਜਪਦੇ ਰਹੋ, ਅਤੇ ਜਪਿਆ ਤੁਹਾਡੇ ਕਿਹੜੇ ਕੰਮ ਆ ਜੂ। ਇਹ ਨਾਮ ਇੱਕ ਵਾਰ ਬੋਲਿਆ ਮੱਛਰ ਜਿਹੜਾ, ਉਹਨੂੰ ਆਖੀ ਹੁਣ ਠਿੱਕ ਠਿੱਕ ਨਾ ਕਰ ਜਾ, ਰੱਬ ਦਾ ਵਾਕਾ ਭਰ ਕੇ ਬਣਾ ਲਈ। ਪੰਜ ਕੁੰਭ ਦੇ ਮੇਲੇ ਲੱਗਦੇ, ਪੰਜ ਕੁੰਭ ਦੇ ਜੈਨ ਦੀ ਧਰਤੀ ਦੇ ਤੁਸੀਂ ਹੁਣ ਵੇਖਿਆ ਵਾ, ਇਲਾਹਾਬਾਦ ਗੁਰੂ ਤੇਗ ਬਹਾਦਰ ਸਾਹਿਬ ਵੀ ਗਏ ਤੁਸੀਂ ਵੇਖਿਆ ਹੋਊਗਾ, ਹਰਿਦੁਆਰ ਤੁਸੀਂ ਵੇਖਿਆ ਹੋਊਗਾ, ਆਹ ਨਾਸਕ ਲਾਗੇ ਆ ਵੇਖਿਆ ਹੋਊਗਾ, ਕੁਰਕਸ਼ੇਤਰ ਦੀ ਧਰਤੀ ਦੇ ਲੱਗਦਾ ਵੇਖਿਆ ਹੋਊਗਾ, ਹੋ ਗਏ ਪੰਜ। ਇਸ ਧਰਤੀ 'ਤੇ ਇਹਨਾਂ ਧਰਤੀਆਂ ਦੇ 12 ਸਾਲਾਂ ਬਾਅਦ ਜਾਵੇ ਤਾਂ ਕਿੰਨੇ ਨਾਂਗੇ ਸਾਧੂ ਪਤਾ ਨਹੀਂ ਕਿੱਥੇ ਵੜ ਜਾਂਦੇ ਆ, ਬਾਅਦ 'ਚ ਜਦੋਂ ਕੁੰਭ ਲੱਗ ਕੇ ਅੜਦਾ, ਨਿਰਮਲੇ ਸੰਤ ਆਉਂਦੇ ਆ, ਅਰਦਾਸੀਏ ਆਉਂਦੇ ਆ, ਕਾਰ ਸੇਵਾ ਵਾਲੇ ਆਉਂਦੇ ਆ, ਹੋਰ ਲੋਕ ਤੁਹਾਡੇ ਵਰਗੇ ਗ੍ਰਿਸਤੀ ਲੋਕ ਆਉਂਦੇ ਜਿਹੜੇ ਉੱਥੇ ਲੰਗਰ ਪਾਣੀ ਲਾਉਂਦੇ ਆ, ਜਿਨ੍ਹਾਂ ਨੂੰ ਦਿੱਤਾ ਰੱਬ ਨੇ ਲੰਗਰ ਲਾਇਆ, ਧੰਨ ਨਹੀਂ ਕਦੀ ਕੱਢਿਆ, ਮੰਨੋ ਜਾਂ ਨਾ ਮੰਨੋ। ਆਖਿਰਕਾਰ ਉਹ ਲੰਗਰ ਕਿਸੇ ਤਰੀਕੇ ਨਾਲ ਲੱਗੂਗਾ, ਤੁਸੀਂ ਗੁਰੂ ਨਾਨਕ ਸਾਹਿਬ ਦਾ ਪੁਰਬ ਆਇਆ ਵੇਖਿਆ ਵਾ, ਕਿੰਨੇ ਕਿੰਨੇ ਲੰਗਰ ਲੱਗੇ, ਅਸੀਂ 100 ਡਰੰਮ ਸਾਨੂੰ ਖਰੀਦਣਾ ਪਿਆ ਵੱਡੇ ਤੋਂ ਵੱਡਾ, ਹੁਣ ਉਹ ਰੱਖਣ ਨੂੰ ਥਾਂ ਨਹੀਂ, ਮਾਂਜਣਾ ਪੈਂਦਾ ਵਾ, 4-5 ਗੁੰਮ ਵੀ ਹੋ ਗਏ, ਇਹੋ ਜਿਹੇ ਗਾਰਡਰ 17 ਲੱਖ ਦੇ ਖਰੀਦੇ, ਇਹੋ ਜਿਹੇ 4-5 ਸ਼ੈੱਡ ਪਾਏ, 16 ਲੱਖ ਦਾ ਸੇ ਲਿਆਂਦਾ, ਘਿਓ ਤੇਲ ਕਿਸੇ ਚੀਜ਼ ਦੀ ਕਮੀ ਨਹੀਂ। ਕਹਿਣ ਦਾ ਭਾਵ ਵੀ ਇੰਨਾ ਸਮਾਨ ਉੱਥੇ ਖੜਨਾ ਅਤੇ ਇੱਕ ਲੰਗਰ ਉਹਨਾਂ ਸਾਧੂਆਂ ਨੂੰ ਲਾਉਣਾ, ਅਤੇ ਸੰਤ ਜੀ ਕਹਿੰਦੇ ਇੱਕ ਸਤਨਾਮ ਵਾਹਿਗੁਰੂ ਬੋਲ, ਇੱਕ ਵਾਰ ਜ਼ਿਆਦੀ ਵਾਰਾਂ ਨਹੀਂ, ਇੱਕ ਵਾਰ ਸਤਨਾਮ ਵਾਹਿਗੁਰੂ ਬੋਲਦੇ ਹੋ ਤਾਂ ਉਸ ਕੁੰਭ ਦੇ ਮੇਲੇ ਦੇ ਇੱਕ ਦਿਨ ਦੇ ਲੰਗਰ ਲਾਏ ਦਾ ਫਲ ਮਿਲੂਗਾ ਇਨਸਾਨ। ਆਖੋ ਸਤਨਾਮ ਵਾਹਿਗੁਰੂ ਕਿ ਨਹੀਂ ਆਉਂਦੀ ਤੁਹਾਡੇ, ਪਰ ਇਤਿਹਾਸ ਦੀ ਗੱਲ ਮੇਰੇ ਸਾਧੂਆਂ ਨੇ ਮੈਨੂੰ ਦੱਸੀ, ਮੈਂ ਮਨਾ ਕੇ ਲੈਣਾ ਕੀ ਆ, ਕਿੰਨਾ ਸਮਾਨ ਖੜੂਗਾ, ਕਿੰਨਾ ਹਲਦੀ ਲੂਣ ਮਿਰਚਾਂ ਖੜੂਗਾ, ਉੱਥੇ ਜਾ ਕੇ ਲੰਗਰ ਲਾਊਗਾ ਤੇ ਸਾਧੂ ਖਾਣਗੇ, ਤੇ ਏਡਾ ਵੱਡਾ ਸਤਨਾਮ ਵਾਹਿਗੁਰੂ ਦਾ ਫਾਲਿਆ ਇੱਕ ਤਰ੍ਹਾਂ ਬੋਲਦਾ, ਪਰ ਨਹੀਂ ਬੋਲਿਆ ਜਾਂਦਾ, ਬੋਲਦਾ ਹੀ ਉਹ ਜਿਸ ਤਰ੍ਹਾਂ ਮੈਂ ਦੱਸਿਆ, ਜਾਂ ਜੋਗੀ ਬੋਲਦੇ, ਜਾਂ ਰੋਗੀ ਬੋਲਦੇ, ਜਾਂ ਭੋਗੀ ਬੋਲਦੇ, ਜਾਂ ਚੋਰ ਬੋਲਦੇ, ਦੂਜਿਆਂ ਦੇ ਬੋਲ ਹੀ ਨਹੀਂ ਸਕਦਾ, ਦੂਜਿਆਂ ਦੇ ਇਸ ਤਰ੍ਹਾਂ ਫਸਿਆ ਫਸਾਇਆ ਜਿਸ ਤਰ੍ਹਾਂ ਆ ਗਏ ਜਾਂ ਵਿਚਾਰ ਵੱਜੇ ਜੇ, ਚਲੋ ਹੁਣ ਬੋਲ ਹੀ ਲਈਏ, ਅਤੇ ਹੁਣ ਬੋਲਦੇ ਹਾਂ ਤਾਂ ਤੁਸੀਂ ਵੀ ਬੈਠੇ ਤਾਂ ਮੈਂ ਵੀ ਜਾਣਾ ਵਾ, ਮੈਂ ਰਾਤ ਮੇਰੇ ਰਗਾਂ ਵਿੱਚ ਤਾਂ ਨਿਕਲਦੀ ਹਾਂ, ਕੋਈ ਗੱਲ ਨਹੀਂ, ਤੁਹਾਡਾ ਤਾਂ ਕੁਝ ਨਾ ਕੁਛ ਸੌਰ ਜੇ ਕਿਤੇ ਕੁਛ ਨਾ, ਆਹ ਗੱਲ ਤਾਂ ਤੁਹਾਡੇ ਚੇਤੇ ਰਹੂਗੀ ਨਹੀਂ, ਕਿਤੇ ਡਰਦੇ ਬੋਲ ਹੀ ਲਓ ਵੀ ਚਲੋ ਲੰਗਰ ਹੀ ਲਾ ਦਈਏ ਜੈਨ ਦੀ ਧਰਤੀ 'ਤੇ, ਅਤੇ ਸਤਨਾਮ ਬੋਲ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ ਬੋਲ, ਸਤਨਾਮ ਬੋਲਦੇ ਨਹੀਂ ਤੁਸੀਂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ ਜੀ। ਨੂੰ ਪੁੱਛ ਲਓ, ਅੱਜ ਮੈਂ ਕੋਈ ਮੱਕੜ ਸੋਨੂੰ ਸੱਦਿਆ ਸੀ, ਅਤੇ ਮੱਕੜਾਂ ਆਪਦੇ ਪਿਓ ਦੀ ਕਰਦਾ, ਉਹਦਾ ਡਾਡਾ ਹੀ ਮਾਰਦਾ, ਲੰਘਦਾ ਕੁਛ ਨਹੀਂ, ਹਾਂ ਇਹਨਾਂ ਦਾ ਰਿਸ਼ਤੇਦਾਰ, ਕੋਈ ਝੂਠ ਮਾਰਦਾ, ਅਰਦਾਸ ਕਰੋ ਸੱਚੇ ਪਾਤਸ਼ਾਹ, ਜਿੰਨਾ ਚਿਰ ਰੱਖਣਾ ਵਾ ਸਾਨੂੰ ਕੈਂਸਰ ਵਰਗਾ ਕੋਈ ਰੋਗ ਨਾ ਲਾਵੇ, ਸਾਨੂੰ ਹੋਰ ਏਡਾ ਵੱਡਾ ਕੋਈ ਰੋਗ ਨਾ ਲਾ ਦੀ ਜਿਹਦੇ ਨਾਲ ਤੜਫ ਤੜਫ ਕੇ ਮਰੀਏ, ਜਿੰਨਾ ਚਿਰ ਰੱਖਣਾ ਭਾਵੇਂ ਥੋੜ੍ਹਾ ਚਿਰ ਰਹਿਣ ਦੇ ਸੰਸਾਰ 'ਤੇ, ਚੁੱਪ ਕੀਤੇ ਹੀ ਲੈ ਜਾਈਏ। ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਜੀ, ਸਤਨਾਮ ਵਾਹਿਗੁਰੂ। ਮਾਂ ਨੇ 90 ਲੱਖ ਦੀ ਗੱਡੀ
ਤੁਸੀਂ ਸੋਚੋ ਵੀ ਮਾਂ ਦੀ ਵੀ ਚੰਗਾ ਹੋਇਆ ਮਰ ਗਿਆ ਨੇ ਹੋਰ ਘਰ ਲੁੱਟਣੇ ਸੀ ਕਿੰਨੀ ਕੁ ਆਤਮਾ ਦੁਖੀ ਹੋਊ ਇੱਕ ਪੁੱਤ ਮਰ ਜੂ ਤੇ ਮਾਂ ਡਾਡਾ ਮਾਰਨੇ ਨਹੀਂ ਅੱਜੀ ਮਾਂ ਪੁੱਤ ਦਿਸੇ ਨਾ ਤੇ ਮਾਂ ਚੰਗ ਨਾ ਮਾਰਦੀ ਅਜੇ ਤੱਕ ਰਿਹਾ ਵੀ ਇਹਨੂੰ ਪੁੱਛਦੀ ਆ ਆ ਸਾਡੇ ਗਵਾਚ ਗਿਆ ਪਰਸੋਂ ਦਾ ਰੋਜ਼ ਮਾਂ ਡਾਡਾ ਮਾਰਦੀ ਅਜੇ ਨਹੀਂ ਆਇਆ ਬਾਬਾ ਅਜੇ ਨੇ ਤੂੰ ਡੱਕਿਆ ਮੈਂ ਅੱਜ ਖੁੱਲ੍ਹੀ ਚੁੱਕੀ ਦੇ ਸੀ ਮੈਂ ਜਾਓ ਅਤੇ ਮਿਲ ਗਿਆ ਉਹਨਾਂ ਨੂੰ ਵੇਖ ਕੇ ਨਹਿਰ ਦੇ ਵਿੱਚ ਲਮਕ ਗਿਆ ਮੇਰੇ ਮਗਰੋਂ ਚਲੇ ਜਾਓ ਨਹੀਂ ਤਾਂ ਤੁਹਾਡੇ ਸਾਹਮਣੇ ਜੇ ਮੈਨੂੰ ਫੜੋਗੇ ਮੈਂ ਨਹਿਰ 'ਚ ਛਾਲ ਮਾਰ ਦੇਣੀ ਅੱਜ ਦੀ ਗੱਲ ਅੱਜ ਮੈਂ ਕਿਹਾ ਮੈਂ ਤਾਂ ਤੁਹਾਨੂੰ ਅੱਛਾ ਨਾਂ ਲਿਆਓ ਆਪੇ ਫਿਰਦਾ ਤੁਰਦਾ ਜਦੋਂ ਭੁੱਖਾ ਮਰੂ ਆਜੂਗਾ ਤਾਂ ਜ਼ਰੂਰ ਨਹਿਰ 'ਚ ਮਾਰਨਾ ਜੇ ਇਹ ਤੁਹਾਡੇ ਨਾਂ ਲੱਗ ਜਾਣਾ ਵੀ ਅਸੀਂ ਲੱਭਣ ਗਏ ਤਾਂ ਉਹ ਮਰ ਗਿਆ ਨਾ ਜਾਓ ਜਿਹੜਾ ਗਵਾਚ ਹੀ ਗਿਆ ਘਰੋਂ ਭੱਜ ਹੀ ਗਿਆ ਲੋੜ ਹੋਊ ਆਜੂਗੇ ਖਾਏ ਖਸਮਾਂ ਨੂੰ ਪਰ ਮਾਂ ਤੋਂ ਚਰਿਆ ਨਹੀਂ ਜਾਂਦਾ ਮਾਂ ਦਾ ਪੁੱਤ ਹੋਵੇ ਸੌ ਹੋਵੇ ਸ਼ਰਾਬੀ ਹੋਵੇ ਫੀਮੀ ਮਾਂ ਕਦੇ ਨਹੀਂ ਆਉਂਦੀ ਮੇਰਾ ਪੁੱਤ ਇਸ ਤਰ੍ਹਾਂ ਦਾ ਇਸ ਕਰਕੇ ਮੇਰੇ ਵੀਰੋ ਭਰਾਓ ਤੁਹਾਡੇ ਘੜੀ ਹੱਥ ਜੋੜ ਕੇ ਬੇਨਤੀ ਮੋਹ ਪਾਉਣਾ ਨਾਮ ਨਾ ਪਾਓ ਸੱਤ ਨਾ ਪਾਓ ਸੰਤੋਖ ਨਾ ਪਾਓ ਦਇਆ ਨਾ ਪਾਓ ਧਰਮ ਨਾ ਪਾਓ ਧੰਨ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਰੱਖੋ ਲੋਏ ਅਰਗਾ ਤੁਹਾਡੇ ਬੇੜੇ ਪਾਰ ਹੋ ਜਾਣ ਇਹਦੇ ਤੋਂ ਜੋ ਮੰਗਣਾ ਮੰਗੋ ਵਾਹਿਗੁਰੂ ਜੋ ਮੰਗਣਾ ਮੰਗੋ ਪਰ ਮੰਗੋ ਬਾਬੇ ਧੰਨੇ ਆਉਂ ਮੰਗੋ ਵੀ ਮੀਂਹ ਚੋਰ ਆਊਂ ਜਿੰਨੇ ਜਿੰਨੇ ਵੀ ਭਰੋਸੇ ਰੱਖੇ ਉਹਨਾਂ ਦੇ ਬੇੜੇ ਪਾਰ ਹੋ ਇਸ ਕਰਕੇ ਸਤਿਗੁਰੂ ਕਿਰਪਾ ਕਰੇ ਤੁਹਾਡੇ ਵੀ ਹੋ ਜਾਣਗੇ ਇਹ ਨਹੀਂ ਵੀ ਤੁਹਾਡੇ ਨਹੀਂ ਹੋਣਗੇ ਪਰ ਜਿੰਨੇ ਜਿੰਨੇ ਤੁਸੀਂ ਮੋਹ ਨੂੰ ਚਿਪੜੇ ਜੇ ਨਾ ਮੋਹ ਨੂੰ ਤੋੜੋ ਤਾਂ ਜਨਮ ਦਿੱਤਾ ਵਿਆਹ ਦਿੱਤਾ ਸਭ ਕੁਝ ਕਰ ਦਿੱਤਾ ਤੁਸੀਂ ਅਜੇ ਨਹੀਂ ਹਟਦੇ ਇਹਨੂੰ ਪੜ੍ਹਾਉਣਾ ਇਹਨੂੰ ਵਕੀਲੀ ਕਰਾਉਣੀ ਆ ਇਹਨੂੰ ਨੌਕਰੀ ਦਵਾਉਣੀ ਆ ਖਾਏ ਕਰਮਾਂ ਨੂੰ ਤਾਂ ਜਨਮ ਦਿੱਤਾ ਵਾ ਆਪੇ ਵਕੀਲੀ ਕਰ ਲੂ ਕਰਮਾਂ ਜੋ ਨਾ ਹੋਵੇ ਆਪੇ ਤੁਰਿਆ ਫਿਰੂ ਤੁਹਾਨੂੰ ਵੀ ਤੁਸੀਂ ਤੇ ਰੱਬ ਨਾਲ ਜੁੜੋ ਨਾ ਅਜੇ ਵੀ ਮਗਰ ਮਗਰ ਫਿਰਦੇ ਆ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ 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 ਸਾਰੀ ਖਤਮ ਹੋ ਜਾਏ ਤੁਹਾਡੇ ਧੰਨ ਗੁਰੂ ਗ੍ਰੰਥ ਸਾਹਿਬ ਨਹੀਂ ਜਾਣੇ ਤੁਸੀਂ ਇਹ ਹਿਸਾਬ ਲਾ ਲਿਓ ਆ ਜਾਏ ਪਰਲੋ ਇੱਕ ਪਰਲੋ ਅਤੇ ਇੱਕ ਮਾਂ ਪਰਲੋ ਪਰਲੋ ਦੇ ਵਿੱਚ ਅੱਧਾ ਕੁ ਬਚਦਾ ਅਤੇ ਮਾਂ ਪਰਲੋ 'ਚ ਬਚਦਾ ਕੱਖ ਨਹੀਂ ਜੋ ਬਨਸਪਤੀ ਆ ਤੁਹਾਨੂੰ ਰੁੱਖ ਬੰਦੇ ਗੱਡੀ ਘੋੜਾ ਖਾਣਾ ਪੀਣਾ ਬੰਦੇ ਕੀੜੇ ਮਕੌੜੇ ਦੇਖਦੇ ਆ ਆ ਜਾਓ ਜੀ ਆਇਆਂ ਨੂੰ ਕੱਖ ਨਹੀਂ ਦਿਸਦਾ ਇਸ ਕਰਕੇ ਗੁਰੂ ਕਿਰਪਾ ਕਰੇ ਉਹ ਅਜੇ ਸਮਾਂ ਨਹੀਂ ਆਉਣਾ ਬਿਲਕੁਲ ਨਹੀਂ ਆਉਣਾ ਆਓ ਜੀ ਜੀ ਆਇਆਂ ਨੂੰ ਰਾਜੀ ਜੀ ਆਇਆਂ ਨੂੰ ਤਗੜੇ ਜੀ ਘਰ ਪਰਿਵਾਰ ਰਾਜੀ ਮਨਾ ਕਰੇ ਤੁਹਾਡਾ ਵਾਹਿਗੁਰੂ ਮਿਹਰ ਕਰੇ ਤੁਹਾਡੇ ਜੀ ਆਇਆਂ ਨੂੰ ਆ ਜਾਓ ਬੋਲੋ ਦੋ ਮਿੰਟ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਜੀ ਹੁਣ ਬਿਸਕੁਟ ਨਹੀਂ ਰਹੇ ਇਹਦੇ ਤੇ ਨਾਮ ਜਪਿਆ ਗਿਆ ਵਾ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਸਤਨਾਮ ਵਾਹਿਗੁਰੂ ਸਤ